ਅਸੀਂ ਅੱਜ ਪਹੁੰਚੇ ਹਾਂ ਬਠਿੰਡਾ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ, ਜਿੱਥੇ ਕਿ ਨਗਰ ਨਿਗਮ ਵੱਲੋਂ ਲਾਪਰਵਾਹੀ ਦੇ ਚਰਚੇ ਹੋ ਰਹੇ ਹੈ। ਆਓ ਸੁਣਦੇ ਹਾਂ ਕੀ ਹੈ ਮਸਲਾ। ਕੀ ਮਾਮਲਾ ਕੀ ਹੈ? ਮਾਮਲਾ ਕੀ ਸੀ? ਮਾਮਲਾ ਕੀ ਹੈ ਜੀ? ਸਾਡੇ ਰਿਹਾਇਸ਼ੀ ਏਰੀਏ ਦੇ ਵਿੱਚ ਗੋਦਾਮ ਖੋਲ੍ਹਿਆ ਗਿਆ, ਠੀਕ ਹੈ, ਨਾ ਦੀ CLU ਪਾਸ ਹੈ, ਕੋਈ ਪਰਮਿਸ਼ਨ ਨਹੀਂ ਹੈਗੀ, ਉਹਦੇ ਉੱਤੇ ਕਾਰਵਾਈ ਇਹਨਾਂ ਨੇ ਹਜੇ ਤੱਕ ਨਹੀਂ ਕੀਤੀ ਹੈ, ਅਤੇ ਹਜੇ ਵੀ ਆਪਦੇ ਬਚਾਅ ਵਾਸਤੇ ਗੱਲਾਂ ਕਰ ਰਹੇ ਹੈ। ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਫਸਟ ਕੰਪਲੀਟ? ਸਰ ਨਵੰਬਰ ਦੀ ਹੈ ਸਰ, ਦਸੰਬਰ ਦੀ, ਨਵੰਬਰ ਦਸੰਬਰ ਜਨਵਰੀ ਦੀ ਸਾਡੇ ਕੋਲ ਪਈ ਹੈ, ਠੀਕ ਹੈ ਜੀ। ਫਿਰ ਵੀ ਅਜੇ ਕੀ ਇਹ ਕਹਿ ਰਹੇ ਵੀ ਸਾਡੇ ਕੋਲ ਕੁਛ ਡਾਕੂਮੈਂਟ ਨਹੀਂ ਹੈਗੇ, ਸਾਡੇ ਕੋਲ ਕਾਰਵਾਈ ਨਹੀਂ ਪਹੁੰਚੀ ਹੈ ਤੱਕ, ਜੇ ਪਹੁੰਚੇ ਨੇ ਫਿਰ ਡਾਕ ਦੇ ਥਰੂ, ਜਿਹੜੀ ਤੁਹਾਡੀ ਤੁਸੀਂ ਡਾਕ ਜਮ੍ਹਾਂ ਕਰਾਉਂਦੇ ਹੋ, ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਇਹਨਾਂ ਦੀ? ਹੁਣ ਅੰਦਰ ਗਏ ਸੀ, ਕੀ ਆਸ਼ਵਾਸਨ ਦਿੱਤਾ ਸਰ? ਸਰ ਆਸ਼ਵਾਸਨ ਇਹੀ ਦਿੱਤਾ ਜੀ, ਕਿਰਨ ਜੀ ਨੂੰ ਭੇਜਦੇ ਹਾਂ, ਇੰਸਪੈਕਟਰ, ਦੋ ਪੁਲਿਸ ਵਾਲੇ ਭੇਜਦੇ ਆ, ਉਹਦੇ ਮੌਕਾ ਦੇਖ ਕੇ ਆਉਂਦੇ ਆ। ਮਤਲਬ ਇੱਕ IPS ਅਫਸਰ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਪਬਲਿਕ ਕੋਈ ਕੰਪਲੇਂਟ ਲੈ ਕੇ ਉਹਨਾਂ ਨਾਲ ਕਿਵੇਂ ਗੱਲ ਕਰ ਰਿਹਾ, ਇੱਕ ਮਤਲਬ ਗੁੱਸੇ ਨਾਲ ਬੋਲ ਰਹੇ ਆਉਂਦੇ ਜਾ ਕੇ, ਇਹ ਕੋਈ ਮਤਲਬ ਨਹੀਂ ਹੈ ਇਹਨਾਂ ਦਾ, ਇੱਕ ਆਮ ਜਨਤਾ ਨਾਲ ਇੱਦਾਂ ਬੋਲ ਰਿਹਾ, ਫਿਰ IPS ਦਾ ਮਤਲਬ ਕੀ ਹੋਇਆ ਇਹਨਾਂ ਨੂੰ? ਇਹਨਾਂ ਨੂੰ ਇਹ ਨਹੀਂ ਪਤਾ ਵੀ ਪਬਲਿਕ ਨਾਲ ਕਿਵੇਂ ਬੋਲਣਾ, ਕਿਵੇਂ ਬਿਹੇਵੀਅਰ ਠੀਕ? ਬਿਹੇਵੀਅਰ ਸਰ ਬਿਲਕੁਲ ਠੀਕ ਨਹੀਂ ਸੀਗਾ, ਗੁੱਸੇ ਨਾਲ ਬੋਲ ਰਹੇ ਸੀ, ਮੈਂ JCB ਭੇਜਦਾ, ਮੈਂ ਹੁਣੇ ਭੇਜਦਾ, ਕੱਲ੍ਹ ਨੂੰ ਕਾਰਵਾਈ ਕਰਵਾ ਦਈਏ, ਇਹ ਕੀ ਚੀਜ਼ ਹੋਈ? ਇੰਨੇ 3 ਮਹੀਨੇ ਤੋਂ ਤੁਸੀਂ ਸੁੱਤੇ ਪਏ ਸੀਗੇ ਜੀ। ਕੋਈ ਧਰਨਾ ਵਗੈਰਾ ਵੀ ਦਿੱਤਾ ਜੀ ਬਾਹਰ? ਅਸੀਂ ਧਰਨਾ ਦਿੱਤਾ ਸੀਗਾ ਜੀ, ਜੀ ਕਹਿੰਦਾ ਕਹਿੰਦਾ ਜੇ ਨਹੀਂ ਕਰਵਾਈ ਤੁਸੀਂ ਫਿਰ ਧਰਨਾ, ਕਹਿੰਦਾ ਧਰਨਾ ਦੇ ਦਿਓ, ਅਤੇ ਇਹ ਤਾਂ ਕਹਿ ਰਹੇ ਵੀ ਸਾਨੂੰ ਤਾਂ ਤੁਸੀਂ ਕਦੇ ਮਿਲੇ ਨਹੀਂ ਗਏ, ਜਿਹੜੇ ਅਸੀਂ ਸਾਡੇ ਕੋਲ ਅਸੀਂ ਇਹਨਾਂ ਨੂੰ ਡਾਕ ਥਰੂ ਵੀ ਲੈਟਰ ਜਮ੍ਹਾਂ ਕਰਾਇਆ, ਉਹਦਾ ਵੀ ਇਹਨਾਂ ਕੋਲ ਕੋਈ ਰਿਕਾਰਡ ਪਹੁੰਚੇ ਨਹੀਂ ਅਜੇ ਤੱਕ। ਇਸ ਤੋਂ ਪਹਿਲਾਂ ਤੁਸੀਂ ਮਿਲਿਓ ਪਹਿਲਾਂ ਕਮਿਸ਼ਨ ਨੂੰ? ਸਰ ਕਮਿਸ਼ਨ ਨੂੰ ਅਸੀਂ 3 ਵਾਰੀ ਮਿਲੇ ਹਾਂ ਜੀ। ਨਹੀਂ ਕਮਿਸ਼ਨ ਸਾਹਿਬ ਕਹਿੰਦੇ ਮੈਨੂੰ ਕਹਿੰਦੇ ਮਿਲੇ ਨਹੀਂ ਜੀ, ਠੀਕ ਹੈ ਜੀ। ਇਹਨਾਂ ਦਾ PA ਸਾਹਿਬ ਜਿਹੜੇ ਅੰਦਰ ਬੈਠਦੇ ਸੀ, ਉਹਨਾਂ ਦੇ ਉਹ ਵੀ ਉੱਥੇ ਹੁੰਦੇ ਸੀਗੇ, ਸਾਰੀ ਜੋ ਕਾਰਵਾਈ ਚੱਲ ਰਹੀ ਸੀ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਕਾਰਵਾਈ ਅਸੀਂ ਕਰ ਰਹੇ ਹਾਂ ਆਦਰਸ਼ ਨਗਰ ਗੋਦਾਮ ਦੀ, ਪਰ ਅੱਜ ਸਾਰੇ ਇਹ ਕਹਿ ਰਹੇ ਵੀ ਸਾਡੇ ਕੋਲ ਤਾਂ ਆਇਆ ਨਹੀਂ ਜੀ। ਚਲੋ ਅਸੀਂ ਬਾਏ ਫੇਸ ਇਹ ਕਹਿੰਦੇ ਨਹੀਂ ਮਿਲਿਆ, ਅਸੀਂ ਡਾਕ ਦੇ ਥਰੂ ਤੁਹਾਨੂੰ ਦੇ ਕੇ ਗਏ ਹਾਂ, ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਰਸੀਵਿੰਗ ਹੈ ਤੁਹਾਡੇ? ਹਾਂ ਰਸੀਵਿੰਗ ਹੈਗੀ ਹੈ, ਮਹਿਕਮੇ ਕੀ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਇਹਦੇ ਵਿੱਚ? ਸਰ ਇਹਦੇ ਵਿੱਚ ਸਾਨੂੰ ਲੱਗਦਾ ਵੀ ਇਹਨਾਂ ਦੀ ਲਾਪਰਵਾਹੀ ਬਹੁਤ ਜ਼ਿਆਦਾ ਹੈ। ਬਣਾ ਜੀ ਅਸੀਂ ਕਮਿਸ਼ਨਰ ਸਾਹਿਬ ਨੂੰ ਜੀ ਅੱਜ 4ਵੀਂ ਵਾਰ ਮਿਲੇ ਹਾਂ ਜੀ, ਹੈ ਨਾ, ਕਹਿੰਦੇ ਅਸੀਂ ਤਾਂ ਤੁਹਾਡੀ ਸੈਕਲੀ ਨਹੀਂ ਦੇਖੀ ਜੀ, ਅੱਜ ਤੁਸੀਂ ਆ ਗਏ ਨਾ ਇਹ ਭੁੱਲ ਹੀ ਗਏ ਵੀ ਅੱਜ ਪੱਤਰਕਾਰ ਭਰਾ ਆ ਗਏ, ਹੈ ਨਾ, ਅੱਜ ਸਾਨੂੰ ਜਵਾਬ ਦੇਣਾ ਪਊਗਾ ਕੈਮਰੇ ਅੱਗੇ, ਕਹਿੰਦੇ ਮਿਲੇ ਹੀ ਨਹੀਂ। ਇਹਨਾਂ ਕੋਲੋਂ ਮੇਰੇ ਕੋਲ ਸਾਰੀਆਂ ਰਸੀਵੀਆਂ ਪਈਆਂ ਜੀ, ਆ ਪੇਪਰ ਆ, ਇਕੱਲਾ ਇਕੱਲਾ ਚੈੱਕ ਕਰ ਸਕਦੇ ਆ, ਇਕੱਲਾ ਇਕੱਲਾ ਦਿਖਾਇਆ, ਮੇਰੀ RTI ਦਾ ਜਵਾਬ ਨਹੀਂ ਦਿੱਤਾ ਜੀ, ਇੱਥੇ 1.5 ਮਹੀਨੇ ਤੋਂ ਬਾਅਦ ਮੇਰਾ RTI ਦਾ ਜਵਾਬ ਦਿੱਤਾ, ਇੱਥੇ ਸਾਰੀ ਕਮੇਟੀ 'ਚ ਪਤਾ, ਅੰਮ੍ਰਿਤਪਾਲ ਨਾਮ ਲੈ ਲਓ ਜੀ, ਉੱਥੇ ਕਮੇਟੀ RTI ਦੇ ਦਫ਼ਤਰ 'ਚ ਜਾ ਕੇ, ਉੱਥੇ ਇਹਨਾਂ ਨੂੰ ਸਾਰਿਆਂ ਨੂੰ ਪਤਾ, PA ਸਾਹਿਬ ਨੂੰ ਵੀ ਪਤਾ, ਕਮਿਸ਼ਨਰ ਸਾਹਿਬ ਨੂੰ, ਸਾਰਿਆਂ ਨੂੰ ਐਪਲੀਕੇਸ਼ਨਾਂ ਦੇ ਚੁੱਕੇ ਜੀ, ਅਸੀਂ 5 ਵਾਰੀ ਮਿਲ ਚੁੱਕੇ, ਕੋਈ ਕਾਰਵਾਈ ਨਹੀਂ। ਅੱਜ ਵੀ ਕਹਿੰਦੇ ਜੇ ਧਰਨਾ ਲਾਉਣਾ ਤਾਂ ਲਾ ਲਓ ਜੀ, ਇਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਸੀਗਾ ਜੀ ਕਮਿਸ਼ਨਰ ਸਾਹਿਬ ਦਾ, ਇਹ ਬਹੁਤ ਮਾੜੀ ਗੱਲ ਹੈ ਜੀ, ਬਹੁਤ ਚੰਗੀ ਗੱਲ ਨਹੀਂ ਹੈਗੀ ਜੀ। ਅੱਜ ਵੀ ਹੁਣ ਕਹਿੰਦੇ ਅਸੀਂ ਕਾਰਵਾਈ ਕਰਦੇ ਹਾਂ, ਚਲੋ ਤੁਹਾਡੇ ਕੋਲ ਵੀ ਵਾਈਟ ਆ ਗਈ, ਇਹ ਪਤਾ ਲੱਗ ਜੂ ਹੁਣ ਕੀ ਕਾਰਵਾਈ ਕਰਦੇ ਨੇ, ਹੈ ਨਾ। ਚਲੋ ਉਦੋਂ ਬਾਅਦ ਤੁਹਾਨੂੰ ਕੋਈ ਅਪਡੇਟ ਹੋਊਗੀ ਤਾਂ ਤੁਹਾਨੂੰ ਤੁਹਾਨੂੰ ਫਿਰ ਮਿਲਦੇ ਹਾਂ ਜੀ।